ਉਹ ਦੇਖ ਲਈ ਨੰਬਰ ਕੁੱਟ ਨੰਬਰ ਫੁੱਲ ਸਕਰੀਨ ਕਰ ਦਮ ਨਹੀਂ 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 ਹਾਂ ਅਸੀਂ ਜ਼ੂਮ ਕਰ ਲਿਆ ਸੀ ਕਿਹਦੇ ਲੈ ਕੇ ਗਏ ਆਪਾਂ ਦਾ ਬਨਾਰਸੀ ਦਾ ਸਕੇ ਕਰ ਦੇ ਫਾਰਵਰਡ ਕਰ ਦੇ ਹਾਂ ਦੂਜਾ ਕੈਮਰਾ ਕਰਦਾ ਹਾਂ ਲਾਇਆ ਉਹ ਸਕਰੀਨ ਨਾਲ ਆ ਹੁਣ ਆਉਂ ਮਗਰ ਸਟਿਪਣੀ ਹੈ ਨੀ ਜੀ ਸਕੂਟਰ ਦੇ ਨਾਲ ਵੀ ਰੌਲਾ ਪਾਇਆ ਮਗਰ ਬੈਠਾ ਹੋਗਾ ਉਹ ਵੀ ਰੌਲਾ ਪਾਉ ਹੁਣ ਆਹ ਦਿਖਾ ਦੇ ਮੈਂ ਚਲਾ ਦਿੰਦੀ ਕਰ ਪਹੁੰਚ ਗਏ ਨਾ ਉੱਥੇ ਨਹੀਂ ਨਹੀਂ ਸਿੱਧੇ ਚਲੇ ਗਏ ਜੀ ਮੰਡੀ ਐਂਟਰ ਕੱਟੀ ਜਾਂਦੇ ਨੇ ਕੱਟੀ ਜਾਂਦੇ ਨੇ ਛੇ ਮਿੰਟ ਟੱਕ ਲੈਣਾ ਆ ਪੰਗਿਆਂ ਕੋਲ ਨਹੀਂ ਵੀਰੇ ਆ ਸਾਲਾ ਆਇਆ ਇੱਕ ਤਰ੍ਹਾਂ ਦੇ ਦੁਨੀਆ ਵਾਲੇ ਬੰਦੇ ਨੂੰ
ਹੁਣ ਫੇਰੇ ਕਿਤੇ ਉਹਦੇ 'ਚ ਵੜ ਜਾਂਦਾ ਸੀ ਰੇਹੜੀ 'ਚ ਵੜ ਜਾਂਦਾ ਕਿਤੇ ਦੁਕਾਨ 'ਚ ਹਾਂਜੀ ਕਿਸ ਤਰ੍ਹਾਂ ਹੋਇਆ ਜੀ ਇਹ ਘਟਨਾ ਦਾ ਤੁਹਾਨੂੰ ਪਤਾ ਜੀ ਕਿਵੇਂ ਆਇਆ ਜੀ ਦੋ ਬੰਦੇ ਆਏ ਸੀ ਇੱਕ ਨੇ ਮੂੰਹ ਫੜ ਲਿਆ ਤੇ ਇੱਕ ਜਿੰਦਾ ਪੈਸੇ ਕੱਢ ਕੇ ਲੈ ਗਏ ਅੱਛਾ ਕਿੰਨੇ ਪੈਸੇ ਲੈ ਗਏ ਜੀ ਤੁਹਾਡੇ ਤੋਂ 5.5 ਤੋਂ 6 ਦੇ ਚੱਲੇ ਕਿੰਨੇ ਜਣੇ ਸੀਗੇ ਜੀ ਦੋ ਜਣੇ ਕਿਸ ਤਰ੍ਹਾਂ ਨਾਲ ਉਹ ਅੰਦਰ ਦਾਖਲ ਹੋਏ ਜੀ ਤੁਹਾਨੂੰ ਕੀ ਪੁੱਛਿਆ ਉਹਨਾਂ ਨੇ ਪਹਿਲਾਂ ਆ ਕੇ ਉਹ ਕਿ ਅਸੀਂ ਫੋਨ ਨੰਬਰ ਦੇ ਦਿਓ ਅਸੀਂ ਗੱਲ ਕਰਨੀ ਬਾਬੂ ਨਾਲ ਕਿਹਦੇ ਤੇ ਆਏ ਸੀਗੇ ਜੀ ਵਾਸਤੇ ਜੀ ਪਤਾ ਨਹੀਂ ਦੁਕਾਨ 'ਚੋਂ ਸਿੱਧਾ ਅੰਦਰ ਵੜ ਗਏ ਬਸ ਜੀ ਕੋਈ ਹਥਿਆਰ ਵਗੈਰਾ ਸੀਗਾ ਉਹਨਾਂ ਕੋਲ ਹਾਂਜੀ ਕੀ ਸੀਗਾ ਜੀ ਗੰਡਾਸੀ ਟਾਈਪ ਜਿਹੜਾ ਡਰਾਤਮ ਕਾਇਆ ਵੀ ਤੁਹਾਨੂੰ ਹਾਂਜੀ ਤੁਹਾਡੇ ਨਾਲ ਬਾਬੂ ਜੀ ਨਾਲ ਗੱਲ ਕਰਾਉਣ ਤੋਂ ਬਾਅਦ ਕੀ ਕਿਹਾ ਉਹਨਾਂ ਨੇ ਜੀ ਪਹਿਲਾਂ ਤਾਂ ਵਾਪਸ ਚਲੇ ਗਏ ਇਸ ਗੱਲ ਕਰਕੇ ਦੁਬਾਰਾ ਫੇਰ ਆਪਣਾ ਸਿੱਧਾ ਹੀ ਅੰਦਰ ਵੜੇ ਆਏ ਬਸ ਪਹਿਲਾਂ ਦੁਕਾਨ ਤੇ ਵਾਪਸ ਮੁੜਦਾ ਸੀ ਉਸ ਤੋਂ ਆਪੇ ਸਿੱਧਾ ਹੀ ਅੰਦਰ ਆ ਗਏ ਬਸ ਮੂੰਹ ਵਗੈਰਾ ਉਹਨਾਂ ਦੇ ਬੰਨੇ ਸੀਗੇ ਜੀ ਨਹੀਂ ਉਹ ਤਾਂ ਮੈਸੇਜ ਕੋਲੇ ਆਏ ਸੀ ਮੇਰੇ ਕੋਲੇ ਅੱਛਾ ਜੀ ਤੇ ਵੀ ਕਹਿੰਦੇ ਵੀ ਖਲਦਾ ਕੀ ਰੇਟ ਆ ਮੈਂ ਵੀ ਖਲਦਾ ਹੈ ਨਹੀਂ ਇਸ ਮੁੰਡੇ ਅੱਛਾ ਜੀ ਉਹ ਫਿਰ ਚਲੇ ਗਏ ਬਸ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਫਿਰ ਉਹ ਵੀ ਉਹ ਬਾਅਦ 'ਚ ਫਿਰ ਦੂਰੀ ਆ ਗਈ ਮਤਲਬ ਅੱਛਾ ਜੀ ਹਾਂ ਕਿੰਨੇ ਪੈਸੇ ਖੋ ਕੇ ਲੈ ਕੇ ਗਏ ਉਹ 6 ਲੱਖ ਦੇ ਕਰੀਬ ਸੀ ਅੱਛਾ ਕਿੰਨੇ ਜਾਣੇ ਦੱਸੇਗਾ ਜੀ ਤੁਹਾਨੂੰ 2 ਜਣੇ ਅੱਛਾ ਕੁਮੂ ਵਗੈਰਾ ਬੰਨੇ ਸੀਗੇ ਉਹਨਾਂ ਦੇ ਮੂੰਹ ਤਾਂ ਨਹੀਂ ਬੰਨੇ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਦਾ ਕੋਈ ਆਇਆ ਉਹਨਾਂ ਦਾ ਸਬੂਤ ਕੋਈ ਦੱਸ ਦੋ ਵੀ ਕੈਮਰੇ 'ਚ ਆਇਆ ਕੁਝ ਉਹਨਾਂ ਦਾ ਨਹੀਂ ਆਈਆਂ ਫੋਟੋਆਂ ਦਾ ਜੀ ਅੱਛਾ ਕਿੰਨੇ ਜਾਣੇ ਲੱਗੇ ਜੀ ਤੁਹਾਨੂੰ ਕਿੰਨੇ ਬੰਦੇ ਸੀਗੇ ਜਿਹੜੇ 2 ਤੇ ਕੋਈ ਡਰਾਇਆ ਧਮਕਾਇਆ ਵੀ ਕੋਈ ਹਥਿਆਰ ਵੀ ਸੀਗੇ ਉਹਨਾਂ ਕੋਲੇ ਉਹਨਾਂ ਕੋਲੇ ਮਤਲਬ ਦੱਸਦੇ ਗੜਾਸੀ ਜੀ ਮਤਲਬ ਜਿਵੇਂ ਕੁੰਡੀ ਜੀ ਹੁੰਦੀ ਹੈ ਅੱਛਾ ਜੀ ਤੇ ਦੁਕਾਨ ਤੇ ਉਸ ਟਾਈਮ ਕੌਣ ਬੈਠੇ ਸੀਗੇ ਬਹੂ ਹੀ ਸੀ ਘਰ ਸੀ ਨਾ ਵਿੱਚੀ ਦੁਕਾਨ ਹੈ ਮਤਲਬ ਅੱਛਾ ਜੀ ਖਾਤੇ ਸੀ ਜੋ ਸਕੂਟਰ ਸੀ ਮਤਲਬ ਉੱਥੋਂ ਪੈਦਲ ਹੀ ਆਏ ਸੀ ਉਹਦੇ ਕੋਲ ਤਾਂ ਜੀ ਤੁਹਾਡੇ ਨਾਲ ਗੱਲ ਫੋਨ ਤੇ ਹੋਈ ਕਿਹਨੇ ਕਰਵਾਈ ਉਹਨਾਂ ਨੇ ਆਪਦੇ ਫੋਨ ਤੋਂ ਕਰਾਈ ਨਹੀਂ ਨਹੀਂ ਘਰ ਵਾਲੇ ਫੋਨ ਤੋਂ ਸਾਡੇ ਕੋਲ ਥਾਣੇ ਫੋਨ ਆਇਆ ਸੀ ਵੀ ਮੰਜੂ ਜਾਂ ਲੇਡੀਜ਼ ਜਾਂ ਸਿੰਗਲ ਉੱਪਰੋਂ ਸੀ ਅਤੇ ਘਰੋਂ ਉੱਥੋਂ ਲੇਡੀ ਤੋਂ ਕੋਈ 2 ਵਿਅਕਤੀ ਆ ਕੇ ਪੈਸੇ ਲੈ ਗਏ ਆ ਪੁਲਿਸ ਅਸੀਂ ਮੌਕੇ 'ਤੇ ਪੁੱਜੇ ਮੌਕੇ 'ਤੇ ਪੁੱਜ ਕੇ ਪੜਤਾਲ ਕੀਤੀ ਕਿ ਮੰਜੂ ਜਾਂ ਲੇਡੀਜ਼ ਇਕੱਲੀ ਘਰੇ ਸੀ 2 ਵਿਅਕਤੀ ਘਰੇ ਆਏ ਉਹਨਾਂ ਕੋਲ ਇੱਕ ਵੈਪਨ ਸੀ ਕਪੜੇ 'ਚ ਲਪੇਟਿਆ ਹੋਇਆ ਅਤੇ ਉਹਨਾਂ ਉਹਨੂੰ ਮੂੰਹ ਅਤੇ ਹੱਥ ਰੱਖ ਕੇ ਉਹਨੂੰ ਕਿਹਾ ਚਾਬੀ ਦੇ ਚਾਬੀ ਲੈ ਕੇ ਉਹਨਾਂ ਅਲਮਾਰੀ ਖੋਲ੍ਹ ਕੇ ਕੈਸ਼ ਕੱਢ ਕੇ ਲੈ ਗਏ ਜੋ ਮੰਜੂ ਜੈਨ ਤੋਂ ਪੜਤਾਲ ਕੀਤੀ ਕਰੀਬ 4,70,000 ਰੁਪਇਆ ਕੈਸ਼ ਸੀ ਅਤੇ ਉਹ ਲੈ ਗਏ ਇਹਦੇ ਸੰਬੰਧ ਕਿੰਨੇ ਜਾਣੇ ਸੀਗੇ ਜੀ 2 ਵਿਅਕਤੀ ਸੀ ਹਥਿਆਰ ਵਗੈਰਾ ਸੀਗੇ ਜੀ ਉਹਨਾਂ ਕੋਲ ਕੋਈ ਦੂਜਾ ਹਥਿਆਰ ਹੈਗਾ ਸੀ ਦੂਜਾ ਕਾਪਾ ਟਾਈਪ ਸੀ ਕੱਪੜੇ 'ਚ ਬਲੇਟੇ ਹੋਇਆ ਸੀ ਸਰ ਅਭੀ ਤੱਕ ਕੀ ਜਾਂਚ ਮੇਂ ਕੁਛ ਸਾਹਮਣੇ ਆਇਆ ਸੀਸੀਟੀਵੀ ਕੋਈ ਫੁਟੇਜ ਵਗੈਰਾ ਅਸੀਂ ਸੀਸੀਟੀਵੀ ਫੁਟੇਜ ਵੱਖ ਵੱਖ ਥਾਵਾਂ ਤੋਂ ਕਢਾ ਰਹੇ ਹਾਂ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਦੋਸ਼ੀਆਂ ਨੂੰ ਸਰ ਆਗੇ ਪੁਲਿਸ ਕੀ ਕਾਰਵਾਈ ਕਿਆ ਹੋਗੀ ਪੁਲਿਸ ਨੇ ਮੰਜੂ ਜੈਨ ਦਾ ਬਿਆਨ ਲਿਖ ਕੇ FIR ਲੋਜ ਕਰਕੇ ਤਫਤੀਸ਼ ਸ਼ਮਲ ਵਿੱਚ ਲੈਂਦੀ ਜਾ ਰਹੀ ਹੈ ਸਰ ਵਾਰਦਾਤਾਂ ਕਾਫੀ ਵੱਧ ਰਹੀਆਂ ਨੇ ਜੀ ਕੋਈ ਸੁਰੱਖਿਆ ਨੂੰ ਲੈ ਕੇ ਕੋਈ ਪ੍ਰਬੰਧ ਕਰ ਰਹੇ ਸਾਡੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਆ ਬਾਕੀ ਸਾਡੀ ਮਤਲਬ ਹਰ ਤਰ੍ਹਾਂ ਸਾਨੂੰ ਦਿਨ ਰਾਤ ਗਸ਼ਤ ਚੱਲਦੀ ਹੈ ਪਹਿਲੀ ਵਾਰ ਦੇ ਤੋਂ ਇਹ ਸਾਰੀਆਂ ਟਰੇਸ ਆ